ਜਿੱਥੇ ਅੱਜ ਅਪਰਾਧਿਕ ਪਰਿਵਰਤਨ ਵਾਲੇ ਨਿੱਤ ਹੀ ਅਪਰਾਧ ਨੂੰ ਵਧਾਵਾ ਦੇ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਲਾਘਯੋਗ ਯਤਨਾਂ ਕਰਕੇ ਕਈ ਵਾਰ ਵੱਡੀਆਂ ਵਾਰਦਾਤਾਂ ਹੋਣੀਆਂ ਨਾਕਾਮ ਹੋ ਜਾਂਦੀਆਂ ਹਨ। ਤਾਜ਼ਾ ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਲੁੱਟ ਦੀ ਯੋਜਨਾ ਬਣਾ ਰਹੇ ਲੁਟੇਰੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਉਹਨਾਂ ਦੇ 2 ਸਾਥੀ ਭੱਜਣ ਵਿੱਚ ਸਫਲ ਹੋ ਗਏ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਪਿਸਟਲ, ਕਿਰਪਾਨਾਂ ਅਤੇ ਕਿਰਚਾਂ ਅਤੇ ਲੈਪਟੋਪ ਬਰਾਮਦ ਕੀਤੇ ਹਨ, ਅਤੇ ਇਹਨਾਂ ਦੀ ਨਿਸ਼ਾਨਦੇਹੀ ਉੱਤੇ 12 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ, ਜੋ ਇਹਨਾਂ ਨੇ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੇ ਸਨ। ਇਸ ਸਾਰੇ ਮਾਮਲੇ ਦੀ ਜਾਣਕਾਰੀ ਫਰੀਦਕੋਟ ਦੇ SSP ਦਰਸ਼ਨ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੁਆਰਾ ਦਿੱਤੀ। ਫਰੀਦਕੋਟ ਪੁਲਿਸ ਨੇ ਕੱਲ੍ਹ 2 ਗੈਂਗ ਫੜੇ ਨੇ। ਇੱਕ ਗੈਂਗ ਦੇ ਵਿੱਚ 4 ਮੈਂਬਰ ਇੱਕ ਪੁਲਿਸ ਪਾਰਟੀ ਨੇ ਫੜੇ ਨੇ ਅਤੇ 4 ਦੂਜੀ ਪੁਲਿਸ ਪਾਰਟੀ ਨੇ ਫੜੇ ਨੇ। ਇਹਨਾਂ ਦੇ ਖਿਲਾਫ 399 402 ਦੇ 2 ਮੁਕੱਦਮੇ ਦਰਜ ਕੀਤੇ ਗਏ ਨੇ। ਇਹਨਾਂ ਤੋਂ 11 ਮੋਟਰਸਾਈਕਲ ਚੋਰੀ ਦੇ, 2 12 ਬੋਰ ਦੇ ਪਿਸਤੌਲ ਅਤੇ 1 4-5 ਦਿਨ ਹੋ ਗਏ ਲਵਲੀਨ ਕੌਰ ਨਾਂ ਦੀ ਲੜਕੀ ਤੋਂ ਇੱਥੋਂ ਲੈਪਟੋਪ, ਇਹਨਾਂ ਨੇ ਲੈਪਟੋਪ ਖੋਹ ਕੇ ਲੈ ਕੇ ਗਏ ਸੀ, ਉਹ ਵੀ ਬਰਾਮਦ ਹੋ ਗਿਆ। ਇਸ ਤੋਂ ਇਲਾਵਾ ਅੱਗੇ ਅਜੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਹੋਰ ਵੀ ਬਰਾਮਦਗੀ ਦੀ ਆਸ ਹੈ। ਫਰੀਦਕੋਟ ਤੋਂ ਜਗਤਾਰ ਦੋਸਾਂ ਜੀਵੇ ਪੰਜਾਬ ਲਈ।